ਸਾਤਵੇਂ ਪਾਤਸ਼ਾਹ ਗੁਰੂ ਹਰਿਰਾਏ ਜੀ ਕੇ ਜਨਮ ਦਿਵਸ ਪਰ ਮੈਂ ਸਾਰੀ ਸੰਗਤ ਕੋ ਬਧਾਈ ਦੇਤਾ ਹੂੰ। ਮੈਂ ਕੁਛ ਘਟਨਾਏ ਬਤਾਤਾ ਹੂੰ ਜੋ ਹਮਾਰੇ ਜੀਵਨ ਮੇਂ ਹੋਤੀ ਹੈ ਔਰ ਉਨਕੀ ਇੱਕ ਅਮਿਟ ਛਾਪ ਹਮਾਰੇ ਉੱਪਰ ਰਹਿ ਜਾਤੀ। ਬਚਪਨ ਮੇਂ ਹਮਾਰਾ ਘਰ ਗਾਂਵ ਜੋ ਥਾ ਡੇਰਾ ਬਾਬਾ ਨਾਨਕ ਸੇ 10 ਕਿਲੋਮੀਟਰ ਕੀ ਦੂਰੀ ਪੇ ਥਾ। ਤੋ ਹਮ ਸੁਬਹ ਸਕੂਲ ਜਾਤੇ ਥੇ ਪੜ੍ਹਨੇ ਕੇ ਲੀਏ। ਤੋ ਵਹਾਂ ਇੱਕ ਮਾਨਯਤਾ ਥੀ ਹਮਾਰੇ ਵਹਾਂ ਕਿ ਡੇਰਾ ਬਾਬਾ ਨਾਨਕ ਕੇ ਸਾਥ ਰਾਵੀ ਦਰਿਆ ਹੈ ਔਰ ਸਾਹਮਣੇ ਕਰਤਾਰਪੁਰ ਗੁਰਦੁਆਰਾ ਹੈ। ਹਮ ਸਭ ਲੋਕ ਜਾ ਕੇ ਰਾਵੀ ਮੇਂ ਪਾਂਵ ਡੁਬੋ ਕੇ ਥੋੜ੍ਹਾ ਸਾ ਧਿਆਨ ਕਰਤੇ ਥੇ ਔਰ ਯੇ ਮਹਿਸੂਸ ਕਰਤੇ ਥੇ ਅਬ ਹਮ ਪਾਸ ਹੋ ਜਾਏਂਗੇ। ਔਰ ਜਬ ਕਭੀ ਇਮਤਿਹਾਨ ਕੇ ਦਿਨੋਂ ਮੇਂ ਯੇ ਭੂਲ ਜਾਤੇ ਤੋ ਵੋ ਪੇਪਰ ਖਰਾਬ ਹੋ ਜਾਤਾ। ਤੋ ਹਮਾਰੇ ਸਾਰੇ ਸਕੂਲ ਮੇਂ ਡੇਰਾ ਬਾਬਾ ਨਾਨਕ ਕੇ ਸਕੂਲ ਮੇਂ ਯੇ ਮਸ਼ਹੂਰ ਥਾ ਭਾਈ ਜੋ ਜਾ ਕੇ ਰਾਵੀ ਨਦੀ ਮੇਂ ਪਾਂਵ ਡੁਬੋ ਲੇ ਔਰ ਬਾਬਾ ਕਾ ਧਿਆਨ ਕਰ ਦੇ ਉਸਕੋ ਕੋਈ ਫੇਲ ਹੀ ਨਹੀਂ ਕਰ ਸਕਦਾ। ਯੇ ਮੈਨੇ ਸੱਚੀ ਘਟਨਾ ਆਪਕੋ ਬਤਾਈ। ਆਪ ਮੇਂ ਸੇ ਬਹੁਤ ਸਾਰੇ ਲੋਕ ਨਹੀਂ ਗਏ ਹੋਗੇ, ਕਰਤਾਰਪੁਰ ਸਾਹਿਬ ਨਹੀਂ ਦੇਖਾ ਹੋਗਾ ਨਾ ਡੇਰਾ ਬਾਬਾ ਨਾਨਕ ਮੇਂ ਦੇਖਾ ਹੋਗਾ। ਡੇਰਾ ਬਾਬਾ ਨਾਨਕ ਮੇਂ ਇੱਕ ਔਰ ਗੁਰਦੁਆਰਾ ਹੈ, ਉਸਕੋ ਚੋਲਾ ਸਾਹਿਬ ਗੁਰਦੁਆਰਾ ਕਹਿਤੇ। ਚੋਲਾ ਸਾਹਿਬ ਗੁਰਦੁਆਰਾ ਮੇਂ ਗੁਰੂ ਨਾਨਕ ਦੇਵ ਜੀ ਕਾ ਵੋ ਕਮੀਜ਼ ਲੰਬੀ ਸੀ ਜੋ ਹੈ ਚੋਲਾ ਕਹਿਤੇ ਹੈ, ਉਹ ਸ਼ੀਸ਼ੇ ਕੇ ਟਰੰਕ ਮੇਂ ਰੱਖਾ ਹੋਇਆ ਹੈ। ਤੋ ਯੇ ਵੀ ਇੱਕ ਮਾਨਤਾ ਥੀ ਕਿ ਅਗਰ ਆਪ ਵਹਾਂ ਚਲੇ ਜਾਓ ਚੋਲਾ ਸਾਹਿਬ ਮੇਂ ਜਾਓ ਔਰ ਉਸ ਚੋਲਾ ਕੇ ਦਰਸ਼ਨ ਕਰ ਲਓ ਤੋ ਆਪਕੋ ਕੋਈ ਬਿਮਾਰੀ ਨਹੀਂ ਹੋਗੀ ਸਾਰਾ ਸਾਹਿਬ। ਅਬ ਮੁਝੇ ਪਤਾ ਨਹੀਂ ਯੇ ਕਿਆ ਥਾ, ਸਭ ਬੱਚੋਂ ਕੇ ਜੋ ਹਮਾਰੀ ਉਮਰ ਕੇ ਥੇ, ਆਪ ਅੰਦਾਜ਼ਾ ਲਗਾ ਲਓ ਮੇਰੀ ਅਬ ਕੀ ਉਮਰ ਔਰ ਯੇ ਕਬ ਕੀ ਘਟਨਾ ਮੈਂ ਬਤਾ ਰਹਾ ਹੂੰ ਆਪਕੋ। ਕੋਈ ਬੱਚਾ ਬਿਮਾਰ ਨਹੀਂ ਹੋਤਾ ਥਾ, ਛੋਟੀ ਮੋਟੀ ਚੋਟ ਵੀ ਲੱਗ ਜਾਂਦੀ ਸੀ ਲੋਕ ਠੀਕ ਹੋ ਜਾਂਦੇ। ਤੋ ਮੇਰਾ ਕਹਿਣੇ ਕਾ ਭਾਵ ਇਹ ਹੈ ਕਿ ਹਰ ਜਗ੍ਹਾ ਮੇਂ ਕੋਈ ਨਾ ਕੋਈ ਵਿਸ਼ੇਸ਼ਤਾ ਹੋਤੀ ਹੈ ਔਰ ਮਹਾਨ ਪੁਰਸ਼ੋਂ ਕੇ ਤੋ ਹਰ ਬਾਤ ਮੇਂ ਵਿਸ਼ੇਸ਼ਤਾ ਹੋਤੀ। ਗੁਰੂ ਨਾਨਕ ਦੇਵ ਜੀ ਕੇ ਬਾਰੇ ਮੇਂ ਕਹਿਤੇ ਹੈ, ਇੱਕ ਵਾਰ ਵੋ ਸਿਹਲ ਦੀਪ ਮੇਂ ਗਏ। ਸਿਹਲ ਦੀਪ ਮੇਂ ਅਗਰ ਆਪਨੇ ਸੁਨਾ ਹੋ ਤੋ ਵਹਾਂ ਸ਼ਾਮ ਕੋ ਯੇ ਜਬ ਕੀਰਤਨ ਕਰਤੇ ਥੇ ਇਨਕੀ ਆਵਾਜ਼ ਮੇਂ ਬਹੁਤ ਬੜੀ ਮਿਠਾਸ ਥੀ। ਜਬ ਯੇ ਸ਼ਾਮ ਕਾ ਕੀਰਤਨ ਕਰਤੇ ਤੋ ਭੀੜ ਲੱਗ ਜਾਤੀ। ਬਾਦਸ਼ਾਹ ਕੋ ਉਸਕੇ ਜਸੂਸੋਂ ਨੇ ਬੋਲਾ ਕਿ ਭਾਈ ਇੱਕ ਫਕੀਰ ਆਇਆ, ਵੋ ਤੋ ਲੜਨੇ ਲੱਗੀ ਲੋਕੋਂ ਕੇ, ਉਸਕਾ ਕੋਈ ਮਨਸ਼ਾ ਠੀਕ ਨਹੀਂ ਲੱਗਤੀ। ਬਾਦਸ਼ਾਹ ਨੇ ਆਪਣੇ ਜਸੂਸ ਭੇਜੇ, ਜਾਓ ਦੇਖੋ ਜੋ ਵੀ ਜਸੂਸ ਜਾਏ ਵੋ ਵਹੀ ਕਾ ਹੋ ਜਾਏ। ਬਾਦਸ਼ਾਹ ਪੁੱਛੇ ਕੁਛ ਬਤਾਓ ਤੋ ਸਹੀ, ਵੋ ਕੇ ਧੰਨ ਗੁਰੂ ਨਾਨਕ ਬਾਬਾ ਵਾਹਿਗੁਰੂ ਬੋਲੇ। ਬਾਦਸ਼ਾਹ ਬੜਾ ਘਬਰਾਇਆ ਕਿ ਮੇਰੇ ਜਸੂਸ ਵੀ ਪਤਾ ਨਹੀਂ ਕੁਛ ਨੇ ਮੰਤਰ ਮੁਕਤ ਕਰ ਲਈ ਹੈ। ਤਾਂ ਬਾਬਾ ਨੇ ਕੁਛ ਔਰ ਔਰਤੇ ਭੇਜੀ ਜੋ ਗਲਤ ਥੀ, ਜਾਓ ਤੁਮ ਕੁਛ ਕਰੋ। ਵੋ ਵੀ ਵਹਾਂ ਗਈ, ਵੋ ਹੀ ਬਾਬਾ ਕੇ ਕੀ ਗੀਤ ਗਾਣੇ ਲੱਗ ਗਈ। ਬਾਦਸ਼ਾਹ ਬਹੁਤ ਘਬਰਾ ਗਿਆ ਵੀ ਇਹ ਤੋ ਵਾਕਈ ਕੋਈ ਜਾਦੂਗਰ ਆ ਚੁੱਕਾ ਹੈ, ਮੇਰੀ ਸਾਰੀ ਸਲਤਨਤ ਮੇਰੇ ਕਾਬੂ ਸੇ ਬਾਹਰ ਹੋ ਗਈ। ਤਬ ਉਸਨੇ ਆਪਣੀ ਸਭਸੇ ਬੜੀ ਵਿਸ਼ਵਾਸ ਪਾਤਰ ਗਣਿਕਾ ਕੋ ਭੇਜਾ, ਭਾਈ ਤੇਰੇ ਪੇ ਮੇਰਾ ਭਰੋਸਾ, ਤੂੰ ਜਾ। ਵੋ ਜਾਤੀ ਹੈ ਵਹਾਂ, ਅਭੀ ਵੋ ਪਹੁੰਚਤੀ ਵੀ ਨਹੀਂ ਤੋ ਗੁਰੂ ਨਾਨਕ ਦੇਵ ਜੀ ਕਹਿਤੇ ਹੈ, ਏ ਮਾਂ ਤੂੰ ਕਿਉਂ ਆਈ ਇਤਨੇ ਰਾਤ ਕੇ ਅੰਧੇਰੇ ਮੇਂ, ਮੁਝੇ ਆਦੇਸ਼ ਕਰਤੀ ਮੈਂ ਚਲਾ ਆਤਾ ਥਾ। ਇਤਨੇ ਸ਼ਬਦ ਜਬ ਉਹਨੇ ਕਹੇ ਤੋ ਵੋ ਏਕਦਮ ਚਕਿਤ ਹੋ ਗਏ ਔਰ ਵੋ ਜਿਤਨੇ ਦਿਨ ਵਹਾਂ ਰਹੀ ਜਸੂਸੀ ਕਿਆ ਕਰਤੀ, ਵੋ ਤੋ ਬਾਬਾ ਕੇ ਰੰਗ ਮੇਂ ਰੰਗ ਗਈ। ਬਾਦਸ਼ਾਹ ਕੋ ਉਸਨੇ ਸਮਝਾਇਆ ਕਿ ਤੁਹਾਡੇ ਕੋਈ ਨਸੀਬ ਹੈ ਪਿਛਲੇ ਜਨਮੋਂ ਕੇ, ਜਾਓ ਔਰ ਆਪਣੇ ਜੀਵਨ ਕੋ ਸੰਵਾਰ ਲਓ। ਕਹਿਣੇ ਕਾ ਭਾਵ ਇਹ ਹੈ ਕਿ ਜਿਤਨੇ ਵੀ ਗੁਰੂ ਹੋਏ ਹੈ, ਸੰਤ ਹੋਏ ਹੈ, ਯੇ ਪਰਮੇਸ਼ਵਰ ਈਸ਼ਵਰ ਭਗਵਾਨ ਜੋ ਵੀ ਆਪ ਕਹੀਏ,
उनकी कुछ कृपा से होते हैं। संसार में जब बुराइयां बहुत बढ़ जाती हैं, पाप होते हैं, मिथ्याचार होता है, अनाचार होता है, तो ईश्वर या तो खुद आ जाता है या अपने किसी नुमाइंदे को भेजता है। वो नुमाइंदे में क्रूरता नहीं होती, उसमें इंसानियत की भावनाएं होती हैं। कौडा राक्षस की बातें सब जानते हैं। कौडा राक्षस जैसे राक्षस को जब बदला उन्होंने गुरु नानक देव जी ने, तो उसकी आँखों से इतने आंसू बहे कि पानी पानी ज़मीन पे हो गया। उन्होंने उसको सांत्वना दी। उसने कहा, बाबा मैं तो राक्षस हूँ। गुरु नानक देव जी ने कहा, कौन कहता तू राक्षस है, तू तो इंसान है, तेरे कर्म राक्षसों के थे। तो बड़े जितने भी हुए हैं इनके जीवन में किसी से द्वेष नहीं होता। ये अगर हमें ये कहते हैं कि विकार छोड़ो, तो उसका कोई ना कोई प्रयोजन होता है कि हम जीवन में ठीक तरह चले। अब जोगेंद्र कुकरेजा साहब बैठे हैं, जोगेंद्र सिंह जी, इन्होंने बहुत बार मुझे कहा, मैं अभी लेख लिख रहा हूँ गुरुद्वारों के ऊपर, तो इन्होंने कहा इधर भी आके देखो। यहाँ जब आया हूँ तो मुझे ये लगा जो कुछ मैंने देखा है वो तो शायद फीका है, ये और मीठा हो गया। मेरी हालत अब ये थी यहाँ का लंगर देखने के बाद और सारी चीज़ें, मुझे ये लगा कि किसी गूंगे के आगे 10-15 मिठाइयाँ रख दें और उसको कहे मिठाई चख के बता कौन सी अच्छी है, तो वो क्या कहेगा, हाँ ही कर सकता है ना। यहाँ मैंने जो कुछ देखा है, मैं भी एक गूंगे की तरह हाँ ही कह सकता हूँ। मैं यहाँ का पूरा वर्णन ही नहीं कर सकता जो मैंने यहाँ देखा। कमाल है यहाँ का गुरुद्वारा। और पता नहीं मेरे से कैसे छुट गया, मैं जो दूसरा में गया जहाँ वो शादियाँ होती हैं, कई सारे सबका लिखा, लेकिन इस गुरुद्वारे के बारे में अगर मुझे ये ना बताते, या दूसरे लफ्ज़ों में अगर मेरे कर्मों में ये ना लिखा होता किसी अच्छी जगह जाऊँ, तो शायद मैं नहीं आ पाता। और इतनी सुंदर व्यवस्था है आपकी, पता नहीं मीडिया के ध्यान में क्यों नहीं आया, और मेरे तो लेख में पक्का आएगा। मेरे पास शब्द नहीं है ये बताने के लिए। यहाँ के रागियों को मैंने देखा, इतने मीठे वचन उनके, तब मुझे लगा शायद गुरु नानक देव जी खुद आगे कह रहे हैं, किम सचारा होवे किम टुटन कूड़े पाव, हुक्म रजाई लिखिया नानक लिखते। तो भाई हमारे सिर पे हम पूड़ियों के भार बांध लें, भूख नहीं मिटती। भूख मिटाने के लिए तो पूड़ी खानी पड़ेगी। अगर हमें कुछ सीखना है तो ऐसी जगह पे आएं। आप मेरे लेख तो पढ़ेंगे ही, लेकिन आप भी ये बताइए कि यहाँ आने से एक बार मन की शांति मिल जाती है, वो शांति आपको कहीं नहीं मिलेगी। इसके साथ मैं अपने वचनों को विश्राम देता हूँ। आप सबका धन्यवाद। आप बहुत ही खुशकिस्मत हो जिनको यहाँ आने का मौका मिलता है। बोले सोनेहा। असल उबराल जी ने बड़े मुढ़ले प्रवचन सांझ किते। हकीकत यह है, जदों गुरुद्वारे विच आके एकागर चित हो करके प्रभ की उस्तत करो, संतमीत सावधान एकागर चित। सवाल यह है कि सुरत केहो जी लैके आए हाँ, जे सुरत टिका के बैठ के कुछ सुनया है तो उबराल जी वर्गे भावना प्रकट होंदी है। ये कह रहे सन कि मैनू पता नहीं सी कि इस गुरुद्वारे साहब इत्थे जाके इस तरह की शांति मिलती है। सुनते तो सारे सुनते ने, पर सुन की गहराई की क्षमता किनी को है। अंतर प्यास उठी प्रभ केरी, सुन गुर बचन मन तीर लगैया। तीर किस तरह लगता है, गुरु के बचन की कमाई किस तरह की जाती है, सवाल यह है बस।
ਕਿੰਨੇ ਕੁ ਰਾਗਿਆ ਸਿੰਘਾਂ ਨੇ ਸ਼ਬਦ ਕੀਰਤਨ ਗਾਇਆ ਕੀਤਾ, ਕਿਹਨਾਂ ਨੇ ਕੀ ਬੋਲਿਆ, ਜਦੋਂ ਇਸ ਚੀਜ਼ ਦਾ ਸਾਨੂੰ ਅਹਿਸਾਸ ਹੈ ਤਾਂ ਸਮਝ ਲਓ ਧਰਮ ਦੇ ਰਾਹ 'ਤੇ ਚੱਲੇ ਹਾਂ। ਮੈਂ ਕੁਐਸਚਨ ਪੁੱਛ ਲਵਾਂ ਕਿ ਗੁਰੂ ਸਾਹਿਬ ਦਾ ਅੱਜ ਕੀਰਤਨ ਕਰਦਿਆਂ ਰਾਗੀ ਸੰਗਾਂ ਨੇ ਕੀ ਪ੍ਰਮਾਣ ਦਿੱਤਾ, ਕਿਹੜਾ ਸ਼ਬਦ ਪੜਿਆ? ਸ਼ਾਇਦ ਕਈਆਂ ਨੂੰ ਯਾਦ ਹੋਵੇ, ਕਈਆਂ ਦੇ ਚੇਤੇ ਨਾ ਹੋਵੇ। ਜੇ ਬਾਅਦ ਵਿੱਚ ਥੋੜ੍ਹੀ ਦੇਰ ਪੁੱਛੋ ਅੱਜ ਕੀ ਕੁਝ ਖਾਧਾ ਤਾਂ ਸਾਰਾ ਕੁਝ ਉਂਗਲੀਆਂ ਦੇ ਨਾਲ ਗਿਲਾੜ ਦੇਣਗੇ। ਦਹੀਂ ਪਾਲੇ ਖਾਧੇ ਨੇ, ਗੋਲ ਗੱਪੇ ਖਾਂਦੇ ਨੇ, ਚਾਵਲ ਖਾਧਾ, ਪਕੌੜੇ ਖਾਧੇ ਨੇ, ਸਭ ਕੁਝ ਯਾਦ ਹੈ। ਭੋਜਨ ਯਾਦ ਹੈ, ਭਜਨ ਯਾਦ ਨਹੀਂ ਹੈ। ਭੋਜਨ ਵਾਸਤੇ ਅਭਿਲਾਸ਼ਾ ਬਹੁਤ ਗਹਿਰੀ ਹੈ, ਭਜਨ ਵਾਸਤੇ ਅਭਿਲਾਸ਼ਾ ਬਹੁਤ ਛੋਟੀ ਹੈ। ਕਿਉਂ? ਸਾਡਾ ਮਨ ਪੜੋਸਣ ਵਾਸਤੇ, ਸਾਡਾ ਮਨ ਲੈਣ ਵਾਸਤੇ ਤਿਆਰ ਨਹੀਂ। ਨਿਰਾ ਇੱਕ ਫਾਰਮੈਲਿਟੀ ਪੂਰੀ ਕਰਨਾ ਗੁਰੂ ਘਰ ਦੀ ਹਾਜ਼ਰੀ ਨਹੀਂ ਹੈ। ਸਭ ਕੋ ਸਤਿਗੁਰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਸਤਿਗੁਰੂ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਦੇਖਦਿਆਂ ਉਧਾਰ ਨਹੀਂ ਆਉਂਦਾ ਜਦੋਂ ਤੱਕ ਸ਼ਬਦ ਦੀ ਕਮਾਈ ਨਹੀਂ ਕੀਤੀ। ਚਾਰ ਤਰ੍ਹਾਂ ਦੀ ਸੰਗਤ ਹੈ, ਧਿਆਨ ਦੇਣਾ। ਮੇਰੀ ਸੰਗਤ ਬਾਹਰ ਵੀ ਖੜ੍ਹੀ ਹੋਵੇਗੀ, ਉਹ ਵੀ ਸੁਣਦੀ ਹੋਵੇਗੀ। ਸੰਤ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਸਨ ਚਾਰ ਤਰ੍ਹਾਂ ਦੀ ਸੰਗਤ ਹੈ, ਉਂਗੇ ਸੁੰਗੇ ਚੁੰਗੇ ਡੂੰਗੇ। ਉਂਗੇ ਸੰਗਤ ਗੁਰੂ ਦੀਵਾਨ ਵਿੱਚ ਬੈਠੇ ਬੈਠੇ ਸੋ ਜਾਂਦੇ ਨੇ, ਕਈ ਲੋਕ ਸੁੱਤੇ ਦੇਖੇ ਜਾਂਦੇ ਨੇ। ਸੁੰਗੇ ਗੁਰਦੁਆਰੇ ਆਏ, ਮੱਥਾ ਟੇਕੇ ਬਾਹਰ ਹੀ ਬੈਠੇ ਰਹੇ, ਸੁੰਘਦੇ ਰਹਿਣਗੇ ਅੱਜ ਰਸੋਈ ਘਰ 'ਚ ਕੀ ਪਿਆ ਬਣਦਾ, ਇੱਧਰ ਹਾਲ 'ਚ ਕੀ ਖਾਣ ਦਾ ਹੈ, ਉੱਪਰ ਨੂੰ ਖਾਣ ਦਾ ਕੀ ਹੈਗਾ, ਥੱਲੇ ਨੂੰ ਖਾਣ ਦਾ ਕੀ ਹੈਗਾ, ਸੁੰਘਣਾ ਹੈ। ਚੁੰਗੇ ਛੋਟੀਆਂ ਛੋਟੀਆਂ ਗੱਲਾਂ 'ਤੇ ਓਬਜੈਕਸ਼ਨ ਕਰਨਾ, ਇਹ ਕਿਉਂ ਕੀਤਾ, ਉਹ ਕਿਉਂ ਕੀਤਾ, ਇਹ ਕਿੱਦਾਂ ਹੋ ਗਿਆ, ਕਮੇਟੀ ਕੀ ਕਰਦੀ ਹੈ, ਗ੍ਰੰਥੀ ਕੀ ਕਰਦਾ, ਇਹ ਚੁੰਗੇ ਵਾਲੇ ਹੁੰਦੇ ਨੇ। ਅਤੇ ਡੂੰਘੇ ਤੁਹਾਡੇ ਵਰਗੀ ਸੰਗਤ ਹੁੰਦੀ ਹੈ ਜਿਹੜੇ ਬੈਠ ਕੇ ਡੂੰਘਾਈ ਦੇ ਨਾਲ, ਗਹਿਰ ਗੰਭੀਰਤਾ ਦੇ ਨਾਲ ਸੁਣਨਾ, ਕਮਾਈ ਕਰਨੀ ਹੈ, ਸ਼ਬਦ ਦੀ ਕਮਾਈ ਕਰਨੀ ਹੈ। ਗੁਰੂ ਅੱਗੇ ਅਰਦਾਸ ਕਰੀਏ, ਅਸੀਂ ਡੂੰਘੇ ਸੰਗਤ ਵਾਲੇ ਭਾਵਨਾ ਦੇ ਨਾਲ ਬੈਠ ਕੇ ਗੁਰੂ ਦੀ ਗੋਦ ਵਿੱਚ ਬੈਠ ਕੇ ਕੀਰਤਨ ਦਾ ਆਨੰਦ ਮਾਣੀਏ, ਫਿਰ ਸਾਡਾ ਗੁਰਪੁਰਬ ਮਨਾਇਆ ਸਫਲ ਹੋਵੇਗਾ। ਦੋ ਤਿੰਨ ਮਿੰਟਾਂ ਵਾਸਤੇ ਭਾਈ ਸਨਮੁਖ ਸਿੰਘ ਜੀ ਕੋਲ ਬਹੁਤ ਖਜ਼ਾਨਾ ਹੈ, ਪਰ ਸਾਡੀ ਮਜਬੂਰੀ ਹੈ ਕਿ ਜ਼ਿਆਦਾ ਸਮਾਂ ਨਹੀਂ ਦੇ ਸਕਦੇ, ਕਿਉਂਕਿ ਸ਼ੁਭਮ ਮੰਗਲਮ ਜੀ ਇਹਨਾਂ ਤੋਂ ਬਾਅਦ ਬੋਲਣਗੇ, ਫਿਰ ਭਾਈ ਸੰਤੋਖ ਸਿੰਘ ਜੀ ਸ਼ਬਦ ਦੀ ਹਾਜ਼ਰੀ ਭਰਨਗੇ। ਬੜੇ ਉੱਚ ਕੋਟੀ ਦੇ ਸ਼੍ਰੋਮਣੀ ਕਮੇਟੀ ਦੇ ਢਾਡੀ ਜਥਾ ਭਾਈ ਪਰਮਜੀਤ ਸਿੰਘ ਜੀ ਉਹਨਾਂ ਦੇ ਸਾਥੀ ਇੱਥੇ ਆਏ ਨੇ, ਬੜਾ ਸੋਹਣਾ ਢਾਡੀ ਪ੍ਰਸੰਗ ਤੋਰਦੇ ਨੇ, ਉਹ ਵੀ ਦਰਸ਼ਨ ਕਰਨਗੇ। ਹੁਣ ਮੈਂ ਭਾਈ ਸਨਮੁਖ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਕਿਰਪਾ ਕਰਕੇ ਆਪਣੀ ਕਵਿਤਾ ਜਿਹੜੀ ਲਿਖੀ ਆ ਉਹ ਸੰਗਤਾਂ ਦੇ ਸਾਹਮਣੇ ਦੋ ਚਾਰ ਮਿੰਟਾਂ ਦੇ ਅੰਦਰ ਅੰਦਰ ਸਰਵਣ ਕਰਾਉਣ ਦੀ ਕਿਰਪਾਲਤਾ ਕਰਨ। ਤੇਰੇ ਦਰ ਪੇ ਆ ਕੇ ਦਾਤਾ, ਚਰਣੋਂ ਪੇ ਸਰ ਝੁਕਾਇਆ, ਤੇਰੀ ਰਹਿਮਤ ਕੇ ਸਦਕੇ ਤੂਨੇ ਕਿਆ ਸੇ ਕਿਆ ਬਣਾਇਆ, ਜੀਨੇ ਕੋ ਜੀ ਰਹੇ ਥੇ ਬੇਕਾਰ ਥਾ ਵੋ ਜੀਨਾ, ਤੂਨੇ ਦਰ ਪੇ ਆਪਣੇ ਲਾ ਕਾ ਜੀਨਾ ਹਮੇ ਸਿਖਾਇਆ, ਮਕਸਦ ਸਮਝ ਸਕੇ ਨਾ ਇਨਸਾਨੀ ਜ਼ਿੰਦਗੀ ਕਾ, ਮੈਂ ਕੌਣ ਹੂੰ ਔਰ ਕਿਆ ਹੂੰ ਯੇ ਆਪ ਨੇ ਬਤਾਇਆ, ਮੁਰਸ਼ਦ ਕਰਮ ਤੁਮਾਰਾ ਖੁਸ਼ੀਓ ਮੇਂ ਜੂਮਤੇ ਹੈਂ, ਜਹਾਂ ਗਮ ਨਹੀਂ ਹੈ ਕੋਈ ਐਸਾ ਜਹਾਂ ਬਣਾਇਆ। ਬੈਕੁੰਠ ਜਿੱਥੇ ਅਸੀਂ ਤੁਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਜ਼ਰੂਰ ਬੈਠੇ, ਤੂਨੇ ਵੋ ਦੀਆ ਖਜ਼ਾਨਾ, ਗੁਰੂ ਗ੍ਰੰਥ ਸਾਹਿਬ ਬਾਣੀ, ਤੂਨੇ ਵੋ ਦੀਆ ਖਜ਼ਾਨਾ ਜਿਸੇ ਪਾ ਕੇ ਹਮ ਯੇ ਸਮਝੇ, ਸਾਰਾ ਜਹਾਂ ਹੈ ਆਪਣਾ ਕੋਈ ਨਹੀਂ ਪਰਾਇਆ, ਬਿਸਰ ਗਈ ਸਭ ਤਾਤ ਪਰਾਏ, ਹਮੂ ਨਾਨਕ ਅਸਤ ਹਮੂ ਅੰਗਦ ਅਸਤ ਹਮੂ ਅਮਰਦਾਸ ਅਫਜ਼ਲ ਹਮੂ ਰਾਮਦਾਸ ਅਸਤ, ਹਮੂ ਨਾਨਕ ਅਸਤ
ਹਮੂ ਅੰਗਦ ਅਸ, ਹਮੂ ਰਾਮਦਾਸ ਹੋ, ਹਮੂ ਅਰਜਨ ਅਸ, ਹਮੂ ਹਰਗੋਬਿੰਦ ਅਕਰਮ ਹਸ, ਹਮੂ ਹਸ ਹਰ ਰਾਏ ਕਰਤਾ ਗੁਰੂ, ਬਦੋ ਆਸ਼ਕਾਰਾ ਹਮੇ ਪੁਸ਼ਟ ਰੂਪ, ਹਮੂ ਹਰ ਕ੍ਰਿਸ਼ਨ ਆਮਦ ਸਰ ਬੁਲੰਦ, ਅਜੋ ਹਾਸਲ ਉਮੀਦ ਸਰ ਸਰ ਮੁਸਬ, ਹਮੂ ਨਾਨਕ ਅਸ, ਹਮੂ ਅੰਗਦ ਅਸ, ਹਮੂ ਅਮਰਦਾਸ ਅਫਜ਼ਲ ਅਸ, ਹਮੂ ਰਾਮਦਾਸ ਹਮੂ ਅਰਜਨ ਅਸ, ਹਮੂ ਰਾਮਦਾਸ ਹਮੂ ਅਰਜਨ, ਹਮੂ ਹਰਗੋਬਿੰਦ ਅਕਰਮ ਹਸ, ਹਮੂ ਹਸ ਹਰ ਰਾਏ ਕਰਤਾ ਗੁਰੂ, ਹਮੂ ਹਸ ਹਰ ਰਾਏ ਕਰਤਾ ਗੁਰੂ, ਬਦੋ ਆਸ਼ਕਾਰਾ ਹਮੇ ਪੁਸ਼ਟ ਰੂ, ਹਮੂ ਹਰ ਕ੍ਰਿਸ਼ਨ ਆਮਦ ਸਰ ਬੁਲੰਦ, ਅਜੋ ਹਾਸਲ ਹਰ ਮੁਸਤ ਮੰਦ, ਹਮੂ ਹਸ ਤੇਗੇ ਬਹਾਦਰ ਗੁਰੂ, ਕਿ ਗੋਬਿੰਦ ਸਿੰਘ ਆਮਦ ਅਜ ਨੂਰ ਓ, ਹਮੂ ਹਸ ਤੇਗੇ ਬਹਾਦਰ ਗੁਰੂ, ਕਿ ਗੋਬਿੰਦ ਸਿੰਘ ਆਮਦ ਅਜ ਨੂਰ ਓ, ਹਮੂ ਨਾਨਕ ਹਸ, ਹਮੂ ਗੋਬਿੰਦ ਹਸ, ਹਮੂ ਰਤਨ ਜੋਹਰ ਮਾਣਕ ਹਸ। ਐਸੀ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਇਹ ਵਿਚਾਰ ਸਨ, ਉਹਨਾਂ ਦੀ ਹਜ਼ੂਰੀ 'ਚ ਬੈਠੇ ਗੁਰੂ ਗ੍ਰੰਥ ਸਾਹਿਬ ਦੀ ਮਾਰ, ਦਸਾਂ ਪਾਤਸ਼ਾਹ ਆਤਮ ਸਰੂਪ ਦੀ ਦੇ ਚਰਨਾਂ 'ਚ ਬੈਠੇ ਗੁਰੂ ਰੂਪ ਸਾਧ ਸੰਗਤ ਜੀ, ਆਓ ਸੱਚੇ ਪਾਤਸ਼ਾਹ ਕਲਗੀਆਂ ਵਾਲਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਲ 'ਚ ਬੜਾ ਕੁਝ ਸੀ, ਮੈਂ ਬੜਾ ਲੰਮਾ ਚੌੜਾ ਪ੍ਰੋਗਰਾਮ ਕਰਕੇ ਸੋਚ ਕੇ ਆਉਂਦਾ ਇੱਥੇ, ਦੋ ਚਾਰ ਮਿੰਟ ਟਾਈਮ, ਇਹਨਾਂ ਦੀ ਕੋਈ ਮਜਬੂਰੀ ਹੈ, ਫਿਰ ਕੋਈ ਮੇਰੇ ਕੋਲ ਬੋਲਿਆ ਹੀ ਨਹੀਂ ਜਾਂਦਾ। ਹਕੀਕਤ ਜਾਣ ਮੇਰੇ ਕੋਲ ਬੋਲੇ, ਮੈਂ ਕੀ ਬੋਲਾਂ, ਕੀ ਨਹੀਂ ਬੋਲਾਂ, ਕੀ ਨਾ ਬੋਲਾਂ। ਚਲੋ ਮੈਂ ਤਾਂ ਅੱਜ ਗੁਰੂ ਹਰ ਰਾਏ ਸਾਹਿਬ ਬਾਰੇ ਜ਼ਿਕਰ ਕਰਨਾ। ਗੁਰਕਰਤਾ ਹਰ ਰਾਏ ਗੁਰੂ, ਸੁਲਤਾਨ ਹਮ ਦਰਵੀਸ਼ ਗੁਰੂ ਕਰਤਾ ਹਰ ਰਾਏ, ਸੁਲਤਾਨ ਅਤੇ ਹਮ ਦਰਵੀਸ਼, ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਬਾਰੇ ਕਹਿੰਦੇ ਨਾ, ਆਪੇ ਗੁਰਚੇਲਾ ਜਾਂ ਹਾਕਮ ਉੱਤੇ ਹੁਕਮ, ਇਹ ਬਸ ਉਹੀ ਚੀਜ਼ ਹੈ। ਗੁਰੂ ਸਾਹਿਬਾਨ ਨੇ ਸਾਰੇ ਜਿਹੜੇ ਉਹਨਾਂ ਸਮਝਾਉਣ ਦੇ ਤਰੀਕੇ ਸਨ, ਬਾਣੀ 'ਚ ਇੱਕੋ ਸੀ, ਫਰਕ ਆਪਣੇ ਆਪਣੇ ਤਰੀਕਿਆਂ ਦਾ ਵੇ, ਉਮਰਾਂ ਦਾ ਹੈ। ਤੋ ਆਓ, ਮੈਂ ਗੁਰੂ ਹਰ ਰਾਏ ਸਾਹਿਬ ਬਾਰੇ ਜ਼ਿਕਰ ਕਰਨ ਜਾ ਰਿਹਾ ਹਾਂ। ਗੁਰੂ ਹਰ ਰਾਏ ਸਾਹਿਬ ਸਿਮਰੋ ਸ੍ਰੀ ਹਰ ਰਾਏ, ਕਲੀਆਂ ਤੋਂ ਕੋਮਲ ਬਰਫਾਂ ਤੋਂ ਸੀਤਲ ਹਿਰਦਾ ਸੀ ਹਰ ਰਾਏ ਸੱਤਵੇਂ ਗੁਰੂ ਦਾ, ਕਲੀਆਂ ਤੋਂ ਕੋਮਲ ਬਰਫਾਂ ਤੋਂ ਸੀਤਲ ਹਿਰਦਾ ਸੀ ਹਰ ਰਾਏ ਸੱਤਵੇਂ ਗੁਰੂ ਦਾ, ਚਿੰਤਨ ਚ ਹਰ ਪਲ 'ਚ ਡੁੱਬਾ ਰਹਿੰਦਾ ਜ਼ੁਬਾਨ 'ਤੇ ਸੀ ਐਪਰ ਨਾਮ ਵਾਹਿਗੁਰੂ ਦਾ, ਲੱਟ ਲੱਟ ਸੀ ਜੋਤੀ ਲੱਟ ਲੱਟ ਸੀ ਜੋਤੀ ਨਾਨਕ ਦੀ ਬਲਦੀ, ਰੋਸ਼ਨ ਸੀ ਜਿਸ ਤੋਂ ਸਾਰਾ ਹੀ ਪਸਾਰਾ, ਸੇਵਾ ਦੇ ਸਿਮਰ ਸੇਵਾ ਅਤੇ ਸਿਮਰ ਦੇ ਪਰੇ ਭੰਡਾਰੇ, ਫਿਰ ਵੀ ਅੱਖੋਂ ਠਾਇ ਸੀ ਉਸਦਾ ਭੰਡਾਰ, ਕਲੀਆਂ ਤੋਂ ਕੋਮਲ ਬਰਫਾਂ ਤੋਂ ਸੀਤਲ ਹਿਰਦਾ ਸੀ ਹਰ ਰਾਏ ਸੱਤਵੇਂ ਗੁਰੂ ਦਾ, ਚਿੰਤਨ 'ਚ ਹਰ ਪਾਸੇ ਡੁੱਬਾ ਰਹਿੰਦਾ ਜ਼ੁਬਾਨ 'ਤੇ ਸੀ ਐਪਰ ਨਾਮ ਵਾਹਿਗੁਰੂ ਦਾ, ਲੱਟ ਲੱਟ ਸੀ ਜੋਤੀ ਨਾਨਕ ਦੀ ਬਲਦੀ, ਰੋਸ਼ਨ ਸੀ ਜਿਸ ਤੋਂ ਸਾਰਾ ਹੀ ਪਸਾਰਾ, ਸੇਵਾ ਅਤੇ ਸਿਮਰਨ ਦੇ ਉਸ ਜਗਰ 'ਚ ਆਏ, ਫਿਰ ਵੀ ਅੱਖੋਂ ਠਾਇ ਸੀ ਉਸਦਾ ਭੰਡਾਰਾ, ਮਹਿਰਮ ਸੀ ਤਨ ਮਨ ਦੇ ਸੁੱਖਾਂ ਦਾ ਦਾਤਾ, ਸ਼ਫਾ ਖਾਨਾ ਉਸਦਾ ਸੀ ਜਗ ਤੋਂ ਨਿਆਰਾ, ਸ਼ਾਇ ਜਹਾਨ ਦੀ ਤਕ ਤਕ ਤੜਫੀ, ਜੀਵਨ ਨੂੰ ਦਾਰਿਆਂ ਦਿੱਤਾ ਦੁਬਾਰਾ, ਪੰਛੀ ਦਾਰੇ ਨੂੰ ਬਿਮਾਰ ਹੋ ਗਏ ਸੀ, ਮਹਾਰਾਜ ਸ਼ਾਹਖਾਨੇ 'ਚ ਆ ਕੇ ਉਸਨੇ ਇਲਾਜ ਕਰਵਾਏ, ਬਿਲਕੁਲ ਠੀਕ ਹੋ ਗਏ।
ਕਲੀਆਂ ਤੋਂ ਕੋਮਲ, ਬਰਫਾਂ ਤੋਂ ਸੀਤਲ, ਹਿਰਦਾ ਸੀ ਹਰ ਰਾਏ ਸੱਤਵੇਂ ਗੁਰੂ ਦਾ, ਚਿੰਤਨ 'ਚ ਹਰ ਪਲ ਸੀ ਡੁੱਬਾ ਉਹ ਰਹਿੰਦਾ, ਜ਼ੁਬਾਨ 'ਤੇ ਸੀ ਐਪਰ ਨਾਮ ਵਾਹਿਗੁਰੂ ਦਾ, ਲੜ ਲੜ ਸੀ ਜੋਤੀ ਨਾਨਕ ਦੀ ਬਲਦੀ, ਰੋਸ਼ਨ ਸੀ ਜਿਸ ਤੋਂ ਸਾਰਾ ਹੀ ਪਸਾਰਾ, ਸੇਵਾ ਅਤੇ ਸਿਮਰਨ ਦੇ ਉਸ ਯੱਗ ਰਚਾਏ, ਫਿਰ ਵੀ ਅਕੁੱਟ ਹੈ ਸੀ ਉਸਦਾ ਭੰਡਾਰਾ, ਮਹਿਰਾਂ ਸੀ ਤਨ ਮਨ ਦਾ ਸੁੱਖਾਂ ਦਾ ਦਾਤਾ, ਸ਼ਫਾਖਾਨਾ ਉਸਦਾ ਸੀ ਜਗ ਤੋਂ ਨਿਆਰਾ, ਸ਼ਾਇ ਜਹਾਨ ਦੀ ਤਕ ਤਕ ਤੜਫਣੀ, ਜੀਵਨ ਸੀ ਦਾਰੇ ਨੂੰ ਦਿੱਤਾ ਦੁਬਾਰਾ, ਪੰਛੀ ਪੰਖੇਰੂ ਸੀ ਸੁੱਖ ਚੈਨ ਪਾਉਂਦੇ, ਗਾਉਂਦੇ ਹਰ ਪਲ ਉਹਦੇ ਤਰਾਨੇ, ਸ਼ਾਹਾਂ ਫਕੀਰਾਂ 'ਚ ਫਰਕ ਨਾ ਰੱਖਿਆ, ਵੱਡੇ ਨਾਮ ਨਾਨਕ ਦੇ ਭਰ 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 ਪੈਮਾਨੇ, ਮੀਰੀ ਅਤੇ ਪੀਰੀ ਸੀ ਵਿਰਸੇ ਰੁਕੇਦੀ, ਮੀਰੀ ਅਤੇ ਪੀਰੀ ਸੀ ਵਿਰਸੇ ਤੋਂ ਖਿੱਚੀ, ਭਗਤੀ ਅਤੇ ਸ਼ਕਤੀ ਤੂੰ ਇੱਕ ਥਾਂ 'ਤੇ, ਭਗਤੀ ਅਤੇ ਸ਼ਕਤੀ ਨੂੰ ਇੱਕ ਥਾਂ 'ਤੇ ਰੱਖਿਆ, ਮਨੁੱਖਤਾ ਦੀ ਸੇਵਾ, ਪ੍ਰਸਤ ਖੁਦਾ ਦੀ ਨਿਰਪੱਖਸ਼ ਹੋਣਾ ਸਾਨੂੰ ਇਹ ਦੱਸਿਆ, ਨਾਨਕ ਦੀ ਬਾਣੀ ਦਾ ਸਤਿਕਾਰ ਕਰਨਾ, ਨਾਨਕ ਦੀ ਬਾਣੀ ਦਾ ਸਤਿਕਾਰ ਕਰਨਾ, ਸੱਤਵੇਂ ਗੁਰੂ ਨੇ ਸਾਨੂੰ ਸਿਖਾਇਆ ਬਾਣੀ ਦੀ ਇੱਕ ਤੁੱਕ ਨੂੰ ਪਲਟਣ ਦੀ ਬਦਲੇ, ਉਮਰ ਭਰ ਬੇਟੇ ਨੂੰ ਮੱਥੇ ਨਾ ਲਾਇਆ, ਨੰਗੇ ਧੜੰਗੇ ਦੋ ਬੱਚਨ ਨੂੰ ਨਾ ਲੈ ਕੇ, ਜੇ ਭੁੱਖਾ ਕਾਲਾ ਤੇਰੇ ਦਰ ਆਇਆ, ਰਾਜੇ ਬਣਨਗੇ ਇਹ ਅੱਜ ਦੇ ਭਿਖਾਰੀ, ਮੇਰਾ ਦਿਸਾਈ ਨੇ ਮੁੱਖੋ ਅਲਾਇਆ, ਨਾਨਕ ਦੀ ਬਾਣੀ ਸਦਾ ਸੱਚ ਆ ਕੇ ਕਿਹਾ, ਜੋ ਸਤਿਗੁਰੂ ਕਰਕੇ ਵਿਖਾਇਆ, ਕੀੜੀ ਤਾਈਂ ਥਾਪੇ ਉਸ ਸ਼ਹਿਨਸ਼ਾਹੀਆਂ, ਪੱਲਾਂ ਜੋ ਪੱਲਾਂ ਵਿੱਚ ਜੋ ਕਰਦੇ ਪੂਰਾ ਸਫਾਇਆ, ਸਤਿਗੁਰ ਦੀ ਲਹਿਰੋ ਧੰਨ ਧੰਨ ਤੁਸੀਂ ਹੋ, ਚਰਨ ਸਤਿਗੁਰ ਦੇ ਅਨਕ ਵਾਰ ਚੁੰਮੇ, ਸਤਿਗੁਰ ਦੀ ਲਹਿਰੋ ਧੰਨ ਧੰਨ ਤੁਸੀਂ ਹੋ, ਚਰਨ ਸਤਿਗੁਰ ਦੇ ਅਨਕ ਵਾਰ ਚੁੰਮੇ, ਸਨਮੁਖ ਨੂੰ ਮੁਕਤੀ ਪ੍ਰਾਪਤ ਜੀ ਹੋ, ਜੋ ਸਨਮੁਖ ਨੂੰ ਮੁਕਤੀ ਪ੍ਰਾਪਤ ਜੀ ਹੋਵੇ, ਜੋ ਸਿਮਰੇ ਗੁਰੂ ਉਹਦਾ ਦੁਆਰ ਚੋ, ਕਲੀਆਂ ਤੋਂ ਕੋਮਲ, ਬਰਫਾਂ ਤੋਂ ਸੀਤਲ, ਹਿਰਦਾ ਸੀ ਹਰ ਰਾਏ ਸੱਤਵੇਂ ਗੁਰੂ ਦਾ, ਚਿੰਤਨ 'ਚ ਹਰ ਪਲ ਸੀ ਡੁੱਬਾ ਰਹਿੰਦਾ, ਜ਼ੁਬਾਨ 'ਤੇ ਸੀ ਐਪਰ ਨਾਮ ਵਾਹਿਗੁਰੂ ਦਾ, ਲੜ ਲੜ ਸੀ ਜੋਤੀ ਨਾਨਕ ਦੀ ਬਲਦੀ, ਰੋਸ਼ਨ ਸੀ ਜਿਸ ਤੋਂ ਸਾਰਾ ਹੀ ਪਸਾਰਾ, ਸੇਵਾ ਅਤੇ ਸਿਮਰਨ ਦੇ ਉਸ ਯੱਗ ਰਚਾਏ, ਫਿਰ ਵੀ ਅਖੁੱਟ ਹੈ ਸੀ ਉਸਦਾ ਭੰਡਾਰਾ, ਮਹਿਰਮ ਸੀ ਤਨਮੰਦ ਮਹਿਰਮ ਸੀ ਸਤਿਗੁਰ, ਸ਼ਫਾਖਾਨਾ ਉਸਦਾ ਸੀ ਜਗ ਤੋਂ ਨਿਆਰਾ, ਸ਼ਾਇ ਜਹਾਨ ਦੀ ਤਕ ਤਕ ਤੜਫੀ, ਜੀਵਨ ਸੀ ਦਾਰੇ ਨੂੰ ਦਿੱਤਾ ਦੁਬਾਰਾ, ਪੰਛੀ ਪੰਖੇਰੀ ਸੀ ਸੁੱਖ ਚੈਨ ਪਾਉਂਦੇ, ਗਾਉਂਦੇ ਹਰ ਪਲ ਉਹਦੇ ਤਰਾਨੇ, ਸ਼ਾਹਾਂ ਫਕੀਰੇ 'ਚ ਅੰਤਰ ਨਾ ਰੱਖਿਆ, ਵੱਡੇ ਨਾਮ ਨਾਨਕ ਦੇ ਭਰ ਭਰ ਪੈਮਾਨੇ, ਮੀਰੀ ਅਤੇ ਪੀਰੀ ਸੀ ਵਿਰਸੇ ਤੋਂ ਗਿੱਧੀ, ਭਗਤੀ ਅਤੇ ਸ਼ਕਤੀ ਨੂੰ ਇੱਕ ਥਾਂ 'ਤੇ ਰੱਖਿਆ, ਮਨੁੱਖਤਾ ਦੀ ਸੇਵਾ, ਪ੍ਰਸਤ ਖੁਦਾ ਦੇ ਨਿਰਪੱਖਸ਼ ਰਹਿਣਾ ਜ਼ਮਾਨੇ ਨੂੰ ਦੱਸਿਆ, ਨਾਨਕ ਦੀ ਬਾਣੀ ਦਾ ਸਤਿਕਾਰ ਕਰਨਾ, ਸੱਤਵੇਂ ਗੁਰੂ ਨੇ ਸਾਨੂੰ ਸਿਖਾਇਆ ਬਾਣੀ ਦੀ ਇੱਕ ਤੁੱਕ ਨੂੰ, ਬਾਣੀ ਦੀ ਇੱਕ ਤੁੱਕ ਨੂੰ ਪਲਟਣ ਦੇ ਬਦਲੇ, ਬਾਣੀ ਦੀ ਇੱਕ ਤੁੱਕ ਨੂੰ ਬਦਲਣ ਦੇ, ਬਾਣੀ ਦੀ ਇੱਕ ਤੁੱਕ ਨੂੰ ਬਦਲਣ ਦੇ ਖਾਤਰ ਉਮਰ ਭਰ ਬੇਟੇ ਨੂੰ ਮੱਥੇ ਨਾ ਲਾਇਆ, ਨੰਗੇ ਧੜੰਗੇ ਦੋ ਬੱਚਿਆਂ ਨੂੰ ਨਾ ਲੈ ਕੇ, ਭੁੱਖਾ ਕਾਲਾ ਤੇਰੇ ਦਰ 'ਤੇ ਆਇਆ, ਰਾਜੇ ਬਣਨਗੇ ਇਹ ਅੱਜ ਦੇ ਭਿਖਾਰੀ, ਮੇਰਾ ਦਿਸਾਈ ਨੇ ਮੁੱਖੋ ਲਾਇਆ, ਨਾਨਕ ਦੀ ਬਾਣੀ ਦਾ ਸਤਿਕਾਰ ਕਰਨਾ, ਸੱਤਵੇਂ ਗੁਰੂ ਨੇ ਸਾਨੂੰ ਸਿਖਾਇਆ ਬਾਣੀ ਨੂੰ ਇੱਕ ਤੁੱਕ ਨੂੰ ਪਲਟਣ ਦੇ ਬਾਅਦ, ਉਮਰ ਭਰ ਬੇਟੇ ਨੂੰ ਮੱਥੇ ਨਾ ਲਾਇਆ, ਨੰਗੇ ਧੜੰਗੇ ਦੋ ਬੱਚਿਆਂ ਨੂੰ ਲੈ ਕੇ, ਜੇ ਭੁੱਖਾ ਕਾਲਾ ਦਰ ਤੈਂਡੇ ਆਇਆ, ਰਾਜੇ ਬਣਨਗੇ ਇਹ ਅੱਜ ਦੇ ਭਿਖਾਰੀ, ਮੇਰਾ ਦਿਸਾਈ ਨੇ ਮੁੱਖੋ ਲਾਇਆ, ਨਾਨਕ ਦੀ ਬਾਣੀ ਸਤਿਗੁਰੂ ਦੀ ਬਾਣੀ ਸਦਾ ਸੱਚ ਆਖੇ ਕਿਹਾ, ਜੋ ਸਤਿਗੁਰ ਕਰਕੇ ਦਿਖਾਇਆ, ਕੀੜੀ ਤਾਈ ਥਾਂਪੇ ਉਸ ਸ਼ਹਿਨਸ਼ਾਹੀ, ਪੱਲਾਂ ਜੋ ਪੱਲਾਂ ਚੋ ਲਸ਼ਕਰ ਦਾ ਕਰਦੇ ਸਵਾਇਆ, ਸਤਿਗੁਰ ਦੀ ਬਾਣੀ ਧੰਨ ਧੰਨ ਤੁਸੀਂ ਉਹ, ਚਰਨ ਸਤਿਗੁਰ ਦੇ ਅਨਕ ਵਾਰ ਚੁੰਮੇ, ਸਨਮੁਖ ਨੂੰ ਮੁਕਤੀ ਪ੍ਰਾਪਤ ਜੇ ਹੋਵੇ, ਜੋ ਸਿਮਰੇ ਗੁਰੂ ਉਹਦਾ ਦੁਆਰ ਚੁੰਮੇ। ਸਤਿਗੁਰੂ ਦੀ ਸਾਧ ਸੰਗਤ ਜੀ, ਹਕੀਕਤ ਜਾਣ, ਜੋ ਮੈਂ ਪਹਿਲੇ ਕਹਿ ਗਿਆ ਸਾਂ, ਤਵੱਕੋ ਜ਼ਿਆਦੀ ਹੁੰਦੀ ਹੈ, ਬੋਲਿਆ ਘੱਟ ਜਾਂਦਾ, ਉਹ ਫਿਰ ਬੋਲਿਆ ਵੀ ਨਹੀਂ ਜਾਂਦਾ,
ਜਿਸ ਢੰਗ ਨਾਲ ਥੋੜ੍ਹੇ ਮੈਂ ਢਿੱਲਾ ਵੀ ਆਵਾਂ ਹੁਣ ਆਪ ਜੀ ਦਾ ਬਹੁਤ ਧੰਨਵਾਦ, ਆਪ ਜੀ ਜਿੱਦਾਂ ਵੀ ਸੁਣਿਆ ਤੋ ਹੋਈਆਂ ਭੁੱਲਾਂ ਬਖਸ਼ ਲੈਣਾ, ਔਰ ਆਪਣੇ ਪ੍ਰਬੰਧਕ ਕਮੇਟੀਆਂ ਦਾ, ਸਾਰੇ ਵੀਰਾਂ ਦਾ, ਤਰਿੰਦਰ ਸਿੰਘ ਸਭ ਦਾ ਧੰਨਵਾਦੀ ਹਾਂ। ਜਾ ਕੇ ਮਸਤਕ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ ਤੇ, ਨਹੀਂ ਤਾਂ ਹਜ਼ਾਰਾਂ ਵਾਰ ਲੱਖਾਂ ਵਾਰ ਘੁੰਮਦੇ ਫਿਰਦੇ ਪਤਾ ਨਹੀਂ ਕਿੱਥੇ ਕਿੱਥੇ, ਅਤੇ ਤੁਸੀਂ ਆਇਓ ਹੈ ਗੁਰੂ ਹਰਿ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਜ਼ੂਰ ਵਿੱਚ, ਗਜਾਓ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸੋਹਣੀ ਕਵਿਤਾ ਭਾਈ ਸਨਮੁਖ ਸਿੰਘ ਨੇ ਤੁਹਾਡੇ ਨਜ਼ਰ ਕੀਤੀ ਹੈ, ਸਤਿਗੁਰੂ ਇਹਨਾਂ ਨੂੰ ਸਿਹਤ ਬਖਸ਼ੇ, ਇਹਨਾਂ ਦੀਆਂ ਮੁਸ਼ਕਲਾਂ ਆਸਾਨ ਕਰੇ। ਮੇਰੇ ਵੀਰ ਬੜੇ ਵਿਦਵਾਨ ਨੇ, ਦਿਲ ਦੇ ਵਲਵਲੇ ਬੜੇ ਨੇ ਇਹਨਾਂ ਦੇ, ਪਰ ਗੁਰੂ ਬਖਸ਼ਿਸ਼ ਕਰੇ ਇਹਨਾਂ ਨੂੰ ਕੋਈ ਚੰਗਾ ਪਲੇਟਫਾਰਮ ਮਿਲੇ ਅਤੇ ਇਹਨਾਂ ਨੂੰ ਤਰੱਕੀਆਂ ਬਖਸ਼ੇ। ਹੁਣ ਮੈਂ ਸ਼ੁਭਮ ਮੰਗਲਮ ਜੀ ਨੂੰ ਬੇਨਤੀ ਕਰਾਂਗਾ, ਕਿਰਪਾ ਕਰਕੇ ਉਹ 10 ਮਿੰਟਾਂ ਵਾਸਤੇ ਕਵਿਤਾ ਆਪ ਜਾਂਦੇ ਨਜ਼ਰ ਕਰਨ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜੋ ਗੁਰੂ ਹਰਿ ਸਾਹਿਬ ਮਹਾਰਾਜ ਦੇ ਦਾਦਾ ਜੀ ਲੱਗਦੇ ਸਨ, ਦਾਦਾ ਗੁਰੂ ਜੀ ਨੇ, ਅਤੇ ਉਹਨਾਂ ਦੇ ਸ਼ਹਾਦਤ ਦੇ ਉੱਪਰ ਕਵਿਤਾ ਨਜ਼ਰ ਕਰ ਰਹੇ ਹਨ। ਕੁਝ ਇੱਕ ਅਰਦਾਸਾਂ ਆਈਆਂ ਹਨ ਸਵੀਡਨ ਤੋਂ, ਸਰਦਾਰਨੀ ਅੰਮ੍ਰਿਤ ਕੌਰ, ਤਜਿੰਦਰ ਸਿੰਘ, ਪ੍ਰਿੰਸ ਸੋਨੋ ਸੋਨੀ ਪਰਿਵਾਰ ਵੱਲੋਂ ਸਾਧ ਸੰਗਤ ਨੂੰ ਵਧਾਈ ਦਿੰਦੇ ਨੇ। ਸਤਿਗੁਰੂ ਅੱਗੇ ਅਰਦਾਸ ਹੈ ਸੱਚੇ ਪਾਤਸ਼ਾਹ ਦੇਸ਼ਾਂ ਵਿਦੇਸ਼ਾਂ 'ਚ ਇਹਨਾਂ ਦੀ ਰੱਖਿਆ ਕਰੇ। ਸਰਦਾਰ ਗਜਿੰਦਰ ਸਿੰਘ ਜੀ ਵੱਲੋਂ ਵਧਾਈਆਂ ਆਈਆਂ ਨੇ। ਸਰਦਾਰ ਉੱਤਮ ਸਿੰਘ, ਖਜਿੰਦਰ ਸਿੰਘ ਚਿਤਰਾ ਪਰਿਵਾਰ ਵੱਲੋਂ ਵਧਾਈਆਂ ਆਈਆਂ ਨੇ। ਸਰਦਾਰ ਨਿਰਪਾਲ ਸਿੰਘ ਡੰਗ ਵੱਲੋਂ ਵਿਸ਼ੇਸ਼ ਤੌਰ 'ਤੇ ਸੰਗਤਾਂ ਨੂੰ ਵਧਾਈਆਂ ਦਿੰਦੇ ਨੇ ਅਤੇ ਉਹ ਬੜਾ ਮਿਸ ਕਰ ਰਹੇ ਨੇ ਇਸ ਗੁਰਪੁਰਬ ਨੂੰ, ਕਿਉਂਕਿ ਜਿਨ੍ਹਾਂ ਸੰਗਤਾਂ ਨੇ ਇੱਥੇ ਰੰਗ ਮਾਣਿਆ ਹੈ ਉਹ ਹਮੇਸ਼ਾ ਗੁਰਪੁਰਬ ਯਾਦ ਕਰਦੇ ਨੇ। ਦਾਸ ਦਾ ਪਰਿਵਾਰ ਵੀ ਇੰਗਲੈਂਡ ਦੇ ਵਿੱਚ ਰਹਿੰਦਾ, ਉਹ ਵੀ ਬੜਾ ਮਿਸ ਕਰਦੇ ਨੇ। ਅਤੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਹੈ ਜਿਹੜੀਆਂ ਜਿਹੜੀਆਂ ਸੰਗਤਾਂ ਵਿਦੇਸ਼ਾਂ 'ਚ ਰਹਿੰਦੀਆਂ ਨੇ, ਸਤਿਗੁਰੂ ਉਹਨਾਂ ਨੂੰ ਕਾਮਯਾਬੀ ਬਖਸ਼ੇ, ਉੱਥੇ ਵੀ ਗੁਰੂ ਘਰ ਦੇ ਨਾਲ ਪ੍ਰੀਤ ਪਿਆਰ ਬਖਸ਼ੇ। ਮੈਂ ਸਾਰਿਆਂ ਦੀ ਚੜ੍ਹਦੀ ਕਲਾ ਵਾਸਤੇ ਜੈਕਾਰਾ ਬੁਲਾਵਾਂਗਾ, ਪ੍ਰਵਾਨਗੀ ਗਜ ਵਜ ਕੇ ਦੇਣ ਦੀ ਕਿਰਪਾਲਤਾ ਕਰਨੀ। ਬੋਲੇ ਸੋਨੇਹਾ, ਆਓ ਸ਼ੁਭ ਮੰਗਲਮ ਜੀ ਪਾਸੋਂ ਕਵਿਤਾ ਸਰਵਣ ਕਰੀਏ। ਉਹਨਾਂ ਤੋਂ ਬਾਅਦ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਉਹ ਤਿਆਰ ਬਾ ਤਿਆਰ ਹੋ ਕੇ ਸਟੇਜ ਦੇ ਕੋਲ ਆ ਕੇ ਅੰਮ੍ਰਿਤਮਈ ਬਾਣੀ ਸ਼ਬਦ ਕੀਰਤਨ ਸੰਗਤਾਂ ਨੂੰ ਸਰਵਣ ਕਰਾਉਣ। ਆਓ ਸਰਵਣ ਕਰੀਏ ਸ਼ੁਭਮ ਮੰਗਲਮ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਭਸੇ ਪਹਿਲੇ ਪਵਿੱਤਰ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਚਰਣੋਂ ਮੈਂ ਕੋਟਿਸ਼ ਕੋਟਿਸ਼ ਨਮਨ ਕਰਤਾ ਹੂੰ। ਸਭੀ ਗੁਰੂਓ ਕੋ ਕੋਟਿਸ਼ ਕੋਟਿਸ਼ ਨਮਨ ਕਰਤਾ ਹੂੰ। ਗੁਰੂ ਪਿਆਰੀ ਸਾਧ ਸੰਗਤ ਕੋ ਆਪਣਾ ਪ੍ਰਣਾਮ ਨਿਵੇਦਿਤ ਕਰਤਾ ਹੂੰ। ਮੇਰੀ ਮਾਤਾਓ ਬਹਿਨੋਂ ਕੋ ਪ੍ਰਣਾਮ ਨਿਵੇਦਿਤ ਕਰਤਾ ਹੂੰ। ਮੈਂ ਹਿਰਦੇ ਕੀ ਅਨੰਤ ਗਹਿਰਾਈਓ ਸੇ ਬਾਊ ਜੀ ਤਰਿੰਦਰ ਸਿੰਘ ਸੋਨੀ ਜੀ ਕਾ ਕੋਟਿਸ਼ ਕੋਟਿਸ਼ ਆਭਾਰ ਵਿਅਕਤ ਕਰਤਾ ਹੂੰ ਕਿ ਉਨ੍ਹੋਂਨੇ ਸਰਸਵਤੀ ਕੇ ਪੁੱਤਰ ਕੋ ਇਤਨਾ ਮਾਨ ਸਮਾਨ, ਇਤਨਾ ਪਿਆਰ ਦਿਆ ਹੈ। ਪਰਸੋਂ ਮੇਰੀ ਬਾਊ ਜੀ ਸੇ ਸ਼ਾਮ ਕੋ ਬਾਤ ਹੋਈ ਥੀ ਔਰ ਉਨ੍ਹੋਂਨੇ ਉਸੀ ਵਕਤ ਆਦੇਸ਼ ਕੀਆ ਥਾ ਕਿ ਬੇਟਾ ਆਪ ਦੋ ਦਿਨ ਕੀ ਹਾਜ਼ਰੀ ਯਹਾਂ ਗੁਰਦੁਆਰਾ ਸਾਹਿਬ ਮੇਂ ਭਰੀਏ। ਮੈਂ ਕੱਲ ਰਾਤ ਕੋ ਵੀ ਯਹਾਂ ਆਇਆ ਥਾ ਔਰ ਆਪ ਸੰਗਤ ਕੇ ਦਰਸ਼ਨ ਲੈ ਕੇ ਆਪਕਾ ਬਹੁਤ ਸਾਰਾ ਆਸ਼ੀਰਵਾਦ ਲੈ ਕੇ ਗਿਆ ਥਾ ਔਰ ਆਜ ਵੀ ਮੇਰੇ ਕੋ ਯਹ ਸੌਭਾਗਯ ਪ੍ਰਾਪਤ ਹੁਆ ਹੈ। ਮੈਂ ਪੁਨਃ ਆਪਣੇ ਹਿਰਦੇ ਕੀ ਅਨੰਤ ਗਹਿਰਾਈਓ ਸੇ ਬਾਊ ਜੀ ਕਾ ਔਰ ਪੂਰੀ ਪ੍ਰਬੰਧਕ ਕਮੇਟੀ ਕਾ ਹਿਰਦੇ ਸੇ ਆਭਾਰ ਵਿਅਕਤ ਕਰਤਾ ਹੂੰ ਔਰ ਜੋ ਮੁਝੇ 10 ਮਿੰਟ ਕਾ ਸਮੇਂ ਮਿਲਾ ਹੈ ਉਸੀ ਕੀ ਸਮੇਂ ਸੀਮਾ ਮੇਂ ਮਰਿਆਦਾ ਮੇਂ ਰਹਿਤੇ ਹੋਏ ਆਪਣਾ ਕਵਿਤਾ ਪਾਠ ਕਰੂੰਗਾ। ਰਾਤ ਕੋ ਮੇਰੇ ਛੋਟੇ ਸਾਹਿਬਜ਼ਾਦੋ ਕੇ ਲੀਏ ਜੋ ਕਵਿਤਾ ਬੋਲੀ ਥੀ, ਜਿਸਨੇ ਮੇਰੇ ਕੋ ਸਿੱਖੋ ਮੇਂ, ਆਪਕੇ ਸਮਾਜ ਮੇਂ, ਪੂਰੀ ਦੇਸ਼ ਔਰ ਦੁਨੀਆ ਮੇਂ ਜੋ ਪਹਿਚਾਨ ਦੀ ਹੈ, ਆਜ ਬਾਊ ਜੀ ਨੇ ਆਦੇਸ਼ ਕੀਆ ਹੈ ਕਿ ਮੈਂ ਹਮਾਰੇ ਨੋਵੇਂ ਪਾਤਸ਼ਾਹ ਦੰਦਨ ਸਤਿਗੁਰੂ ਤੇਗ ਬਹਾਦੁਰ ਸਾਹਿਬ ਜੀ ਪੇ
कविता बोलूं, जिस कविता ने मुझे आपका लाडला बेटा बना दिया है, वो कविता भी बहुत आप लोगों ने सराही है। छोटे छोटे दो चार छंद और मूल कविता, 10 मिनट में अपना काव्य पाठ पूरा करता हूं। मन भर के जयकारों से आशीर्वाद दीजिएगा कि स्याही 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 रक्त की अपने गुरुओं के नाम करता हूं, स्याही रक्त की अपने गुरुओं के नाम करता हूं, आप सभी का मैं दिल से एहतराम करता हूं, मैं वंशज हूं सर हिंद के दीवान टोडर मल जी का, गुरु पुत्रों के चरणों में झुककर प्रणाम करता हूं, गुरु पुत्रों के चरणों में झुककर प्रणाम करता हूं। मुझे, मैंने हमेशा बताया कि कई दफे लोग कहते हैं कि बेटा तुम सिखों पे इतना कैसे लिख सकते हो, कैसे बोल सकते हो, और बाबूजी मैं हमेशा एक बात कहता हूं कि उस वंश का वंशज आपकी पगड़ियों के लिए नहीं लिखेगा तो किसके लिए लिखेगा, कि मां शारदे का ये बेटा, मां शारदे का ये बेटा सिंहों के गीत गाएगा, मां शारदे का ये बेटा सिंहों के गीत गाएगा, जुल्म की इंतहा सोचो कलेजा कांप जाएगा, जुल्म की इंतहा सोचो कलेजा कांप जाएगा, चार 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 बरस के बेटे का दिल मुंह में ठूस दिया। नहीं पढ़ाया माता जी हमें स्कूल की किताबों में, अजय सिंह के उस बच्चे का कहां पे नाम है, माधव दास जी के प्यार पे दशवेश पिता ने सर पे हाथ फेर दिया प्यार से, बंदा बहादुर बनकर क्या लड़े हैं, जब स्कूल की किताबों में यह इतिहास हमसे छुपाया गया तब हमें मंचों पे आके गाना पड़ती है चीजें कि चार बरस के बेटे का दिल मुंह में ठूस दिया, कलेजा मुंह में रखने का कलेजा कौन लाएगा, कलेजा मुंह में रखने का कलेजा कौन लाएगा, और सारे 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 बलिदानी वीरों पे क्या कहें क्या क्या गुजरी, सारे बलिदानी वीरों पे क्या कहें क्या क्या गुजरी, मौत का दिल भी दहल उठे यातनाएं बे इंतहा गुजरी, पति 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 दिया पूत दिया दे दिए चारों पोते भी, पति दिया पूत दिया दे दिए चारों पोते भी, उस दर्द से कोई ना गुजरा जिस दर्द से गुजरी मां गुजरी, सात श्री माता जी ये जो आपकी आंखों में आंसू है ये साक्षात आशीर्वाद है। मैं कई दफे जब भी किसी हिंदू सभा में जाता हूं, मंदिरों में जाता हूं, गुरुद्वारा साहिब में जाता हूं, जब मेरी माताएं बहनों की आंखें इस तरह नम होती है मुझे कई दफे लगता है कोई पाप तो नहीं हो रहा, पर आप जैसे बाबू जी आके तब कंधे पे हाथ रख के आप वहां से इशारा कर रहे हैं, समझाते हैं बेटा ये तुम्हारे जीवन का पुण्य है, यह आंसू साक्षात गुरुओं का आशीर्वाद है कि उस दर्द से कोई ना गुजरा जिस दर्द से गुजरी माँ गुजरी, और जूते 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 बन जाए मेरी खाल से, एक एक शब्द दिल से लिखता हूं, कभी भी मैं किसी मंच पे तालियों के लिए नहीं पढ़ता कविताएं, जूते बन जाए मेरी खाल से इतना दिल में आदर है, नमन सतगुरु तेग बहादुर आप धर्म की चादर है, गुरु तेग बहादुर कुर्बानी का ऐसा इतिहास रचा गए, गुरु तेग बहादुर कुर्बानी का ऐसा इतिहास रचा गए, अपना शीश कटाकर वो तिलक हमारे बचा गए, अपना शीश कटाकर वो। एक छोटी सी टिप्पणी बाबूजी और अपनी मूल कविता जिसके लिए मुझे संगत ने आदेश दिया है, आज मैं सुबह हमारा एक मंदिर है बाबूजी, मैं आप सबको और माताओं बहनों को निमंत्रण देता हूँ हाथ जोड़ के, मैं जिस शहर से आता हूँ गाजियाबाद उससे थोड़े किलोमीटर आगे डासना गाँव में मैं जिस मंदिर से जुड़ा हूँ
जहाँ से मुझे धर्म की शिक्षा मिलती है बाबूजी। कल बाबूजी तरिंदर सिंह सोनी जी ने यहीं पर जिक्र किया था कि हमने सिखी को शायद गुरुद्वारों की चार दीवारों में सिखों के बलिदानों को कैद कर दिया, ये बाहर नहीं जा पा रहा है। मैं बहुत छोटा बच्चा हूँ, आपका तो बच्चे बराबर हूँ। बाबूजी कल आप शाम को जिक्र कर रहे थे कि हम सिखी को गुरुद्वारा साहिब से बाहर कैसे लेके जाए। आप कभी मेरे साथ चलिएगा, आपको तो मैं लेके चलूंगा, बाकी सब संगत को आमंत्रण देता हूं। हमारा जो शिव शक्ति दासना पीठ हम बना रहे हैं, आपको जान के खुशी होगी और मुझे बताते हुए गर्व महसूस होता है, हमने उस मंदिर परिसर की जो प्रांगण चारों तरफ की दीवारें हैं उन दीवारों पे सिखों के बलिदान का चित्रण किया है। हम वहां पे आने वाले हर भक्त को, हर श्रद्धालु को याद दिलाते हैं कि आप यहां पे दिया जलाइए, लेकिन उससे पहले इन दीवारों पे नमन कीजिए, क्योंकि ये वो लोग थे जिनके कारण आज तुम्हारे और हमारे मंदिर सही सलामत खड़े हुए हैं। कि जिनकी 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 कुर्बानी के कारण हम जीते हैं सुकून से, जिनकी कुर्बानी के कारण हम जीते हैं सुकून से, धर्म की खातिर मिटने वाले उस बलिदानी जुनून से, तो सबसे पहले नमन उन्हें हर मौके हर अवसर पर, दिए हमारे मंदिर में जलते हैं जिनके खून से, दिए हमारे मंदिर में जलते हैं जिनके खून से। चार पंक्तियां माताओं के चरणों में निवेदित करके मूल कविता मनु मीर की झील को एक बार याद कीजिएगा, जहां छोटे छोटे बच्चों की अंग काट के जब गले में मालाएं पहनाते थे। याद करो वो जेल भयानक जालिम मनु मीर की, नैनों से बह जाएंगी नदियां अथक अविरल नीर की, जेल नहीं जल्लाद की वो दुर्गम प्रयोगशाला थी, दुदमुहे बच्चों के कटे अंगों की माओं के गलों में माला थी, सरदारों के सर की कीमत बस कुछ सिक्कों की रखी थी, सरदारों के सर की कीमत बस कुछ सिक्कों की रखी थी, मनु मीर की जेल में फिर भी अटल जुगो जुग सिखी थी, मनु मीर की जेल में फिर भी अटल जुगो जुग सिखी थी, मनु मीर की जेल में फिर भी अटल जुगो जुग सिखी थी, बच्चों के अंगों को काटकर माला उनकी बनवाते, बच्चों के अंगों को काटकर माला उनकी बनवाते, मां के जिगर के टुकड़े बच्चों के अंगों को काटकर माला उनकी बनवाते, बच्चों के अंगों को काटकर माला उनकी बनवाते, मां के जिगर के टुकड़े मां के गले में लटकाते, हर दिन की दिनचर्या थी अमृत वेले होती शुरू, चीख नहीं माओ के लब पे रहता था सिर्फ वाहे गुरु, कोख में पाला 9 महीने जिसको उसकी माला 9 दिन की लटकाई थी। इतिहास बताता है कि सबसे छोटा बालक 9 दिन का था जिसको कत्ल करके काट काट के गले में लटकाया गया, कोख में पाला 9 महीने जिसको उसकी माला 9 दिन की लटकाई थी, नमन मेरा उन माओ को जो ऐसे सिक्खी बचाई थी, नमन मेरा उन माओ को जो ऐसे सिक्खी बचाई थी। मैं क्षमा चाहता हूं अगर 10 मिनट पूरे हो गए, मैं कविता फिर कभी सुना दूंगा गुरु तेग बहादुर जी वाली, या समय में चल रहा हूं मैं बाबू जी, आप जैसा कहें। ठीक है। पढ़ दूं वो कविता गुरु तेग बहादुर जी की? जी धन्यवाद। एक बार फतेह बुला दीजिए। वाहे गुरु जी का खालसा, वाहे गुरु जी की आदेश।
अगर मैं समय सीमा में हूं, मेरी मूल कविता सन 1621 में अप्रैल का महीना था, सन 1621 में अप्रैल का महीना था, अवतरित हुए वो सदगुरु जिन्हें मानवता को जीना था। माता पिता ने बड़े प्यार से उनका त्यागमल नाम धरा, बचपन से ही शस्त्रों और शास्त्रों का पूरा ज्ञान भरा, पाप विरुद्ध लड़ने का जैसा जज्बा था जटायु में, पाप विरुद्ध लड़ने का जैसा जज्बा था जटायु में, करतारपुर की जंग लड़ी बस 13 वर्ष की आयु में, पेंदे खान की फौजों को भीषणतम अंजाम मिला, पेंदे खान की फौजों को भीषणतम अंजाम मिला, तब पिता से त्याग मल को तेग बहादुर नाम मिला, तब पिता से। तब पिता से त्याग मल को तेग बहादुर नाम मिला। सदा चले सदा चले सदा चले अपने जीवन में गुरुओं की ही लीख पर, मानवता की रक्षा हेतु गुरु ग्रंथ साहिब की सीख पर, मीरी पीरी के अनुयायी को पंथ का इतना ज्ञान मिला कि नौवे गुरु के रूप में उनको गुरु गद्दी का मान मिला, नौवे गुरु के रूप में उनको गुरु गद्दी का मान मिला। मुगल सल्तनत में भारत की दूसरी तरफ, माताजी क्या हो रहा था हमारे देश में उस वक्त, मुगल सल्तनत में भारत की, औरंगजेब का दौर उठा, जबरन धर्म बदलने का चारों ओर से शोर उठा, अफगान खान नाम का जालिम कश्मीर का सूबेदार हुआ, केसर की क्यारी में तब घनघोर हाहाकार हुआ, आदमखोर दरिंदे थे हर चौराहे हर चौक पर, दुधमुए बच्चे रखे जाते थे उनके भालों की नोक पर, तब कश्मीरी पंडित आए गुरु तेग बहादुर जी के पास, टूटे हारे लोगों के दिल में था अंतिम विश्वास, गुरु महाराज जी अब कोई करिश्मा रचा सकते हैं, औरंगजेब से हिंदुओं को सिर्फ गुरु जी बचा सकते हैं, हाथ जोड़े रोते रोते बोले अपनी दास्तान, केसर या माटी को खून से लाल कर रहा अफगान खान, जहां से हम पानी पीते, क्या बोला उन पंडितों ने गुरु जी को कि जहां से हम पानी पीते हैं वहां हड्डियां डाली जाती हैं, दिन दहाड़े बहन बेटियां घर से उठा ली जाती हैं, जनेऊ उतारे जाते हैं और चोटियां काटी जाती हैं, और आंख मिलाकर आंख में देखो तो बोटियां काटी जाती हैं, आंख मिलाकर आंख में देखो तो बोटियां काटी जाती हैं। ये सुनकर सच्चे पातशाह एक पल को आंखें मीच गए, मानो धर्म की रक्षा को कृपाण हाथ से खींच गए, बोले 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 कूच करो दिल्ली को, औरंगजेब को कहलवा दो हम इस्लाम कबूलेंगे अगर गुरु से कलमा पढ़वा दो। नामर्द औरंगजेब ने तब धोखे से गुरुजी को कैद किया, नामर्द औरंगजेब ने तब फौजों को मुस्तैद किया, बीच डगर गुरुजी को धोखे से उसने कैद किया, धरती डोली अंबर कांपा, अब कुछ ऐसा होने वाला था, धर्म की खातिर गुरु का टोला इतिहास रचने वाला था। और कैसा इतिहास, आखिरी 1.5 मिनट चांदनी चौक चलते हैं थोड़ी सी दूर यहां से, कि धर्म की खातिर गुरु का टोला इतिहास रचने वाला था। भाई मती दास के धड़के ऊपर ज्यों ज्यों आरा चलता गया, याद कीजिए वो दृश्य,
क्या बलिदान थे? बलिदान तो वो थे जो आज हम ये सब गुरु पर्व और शहीदी दिहाड़े और होली दिवाली ये सारी चीजें मना पा रहे हैं कि भाई मती दास के धड़के ऊपर ज्यों ज्यों आरा चलता गया, हिंदुओं के दिल में ये विश्वास त्यों त्यों पलता गया, अब डरने की नहीं जरूरत, आतंक और फरेब से गुरु की टोली करेगी रक्षा, जालिम औरंगजेब से भाई दयाले को जब चढ़ाया खोलते उबाले में, भाई दयाले को जब चढ़ाया खोलते उबाले में, घंटियों की गूंज उठ गई कश्मीर के हर शिवाले में, और रुई लपेटे रुई लपेटे रुई लपेटे सतीदास जी जब जिंदा जलाए गए, पंडितों के तन पे तब जनेऊ फिर सजाए गए, सदमे में बैठा औरंगजेब बोला काजी अब्दुल वहाब से, आखिरी उम्मीद बची है बस सिख गुरु के जवाब से, इससे पहले यहां मौत का भयानक खेल शुरू हो, ये पैगाम पहुंचा दो तुम इस नौवे गुरु को कि या तो घुटने टेक के अपने भी कलमा पढ़ ले वो, या तलवार की नोक पे मेरी गर्दन अपनी जड़ दे वो। काजी की आंख में जब औरंगजेब काजी को भेजता है गुरुजी के पास और काजी गुरुजी के सामने आता है ये बात लेकर के, तब सच्चे पातशाह हमारे नौवे गुरु सतगुरु तेग बहादुर साहब क्या बोलते हैं कि काजी की आंख में डालकर आंखें गुरु तेग बहादुर मुस्काए। ये होते हैं बलिदान। काजी की आंख में डालकर आंखें गुरु तेग बहादुर मुस्काए, गुरु तेग बहादुर जी का उत्तर सुनकर दुश्मन थर्राए, बोले अरे गीदड़ों के झुंड कभी सिंहों के कदम हटा सकते हैं, तेरी तलवारें कम पड़ जाएंगी इतने शीश कटा सकते हैं। कि तेरी तलवारें कम पड़ जाएंगी इतने शीश कटा सकते हैं, और गुरु साहिब के शीश पे जब जल्लाद की तलवार डोली होगी। आखिरी दो पंक्तियां कवि की कल्पना है, वीर जी जब वो तलवार गुरु जी के शीश पे यहां चली होगी तो कान के माता जी यहां बहुत पास होगी, गर्दन पे जब चली होगी शायद वो तलवार कान में कुछ कह गई होगी चुपके से। जल्लाद तो जालिम थे, उनको तो ये सब करना था, अगर नहीं करते तो हमारा इतिहास ही कुछ और होता, पर वो तलवार जो निर्जीव वस्तु थी शायद वो निर्जीव वस्तु गुरुजी के कान में कुछ कह गई होगी। ये मेरी कल्पना है कि गुरु साहिब के गुरु साहिब के गुरु साहिब के शीश पे जब जल्लाद की तलवार डोली होगी, वो तलवार भी रोते रोते चुपके से ये बोली होगी कि गुरु साहिब के शीश पे जब जल्लाद की तलवार डोली होगी, वो तलवार भी रोते रोते चुपके से ये बोली होगी कि किस मिट्टी के बने हो सतगुरु, किस मिट्टी के बने हो सतगुरु, निकली नहीं एक भी चिख, अरे तन है तुआडी कुर्बानी ते तन है तुआडा सिख, तन है तुआडा सिख, तन है तुआडा सिख। मैं हृदय की अनंत गहराइयों से, मैं गुरुद्वारा साहिब के अदब में कायदे कानून में बहुत नया हूँ, बहुत छोटा हूँ, बच्चा हूँ, मुझसे कोई भी गलती हो गई हो, कोई त्रुटि हो गई हो तो मुझे अपना बेटा देगा, और मैं सभी
गुरुओं से, गुरु ग्रंथ साहिब से भी क्षमा मांगता हूँ और आशा करता हूँ कि गुरु प्यारी साध संगत मुझे दिशा निर्देश देगी, अगर मुझसे कोई गलती हुई होगी मुझे सुधार देगी। और मैं अनंत गहराइयों से बाबूजी तरेंद्र सिंह सोनी जी का और गुरुद्वारा प्रबंधक कमेटी के सभी सम्मानित सदस्यों का हाथ जोड़ के हृदयपूर्वक नमन करता हूँ कि आपने सरस्वती के बेटे को इतना प्यार सम्मान दिया, इतना मान दिया। और मैं वचन देता हूँ आप जब भी मुझे भविष्य में याद करेंगे मैं गुरुद्वारा साहिब में घुटनों के बल आता हूँ, घुटनों के बल आऊंगा। एक बार मेरे साथ गज के फतेह बुलाइए, वाहे गुरु जी का खालसा, वाहे गुरु जी की फतेह। मैं बहुत बहुत धन्यवाद करता हूँ शुभम मंगलम जी का, जो कि इन्होंने अपने दिल की गहराई के विचों एक जज्बा अड़क ते गुर इतिहास की उदृढ़ता जो अपनी भावना के नाल प्रगट की है, मैं इन्होंने बधाइया देना। कमाल है जो जदों कविता पढ़ रहे सन गुरु तेग बहादुर साहब जी की, क्योंकि कविता कल्पना दी होंदी है पर कविता जदों इतिहासिक होंदी है उस सत दी होंदी है, जदों सत दी होंदी है तो उदों ही हड्डियां नूं भी खंबा देंदी है तो हड्डियां नूं भी चीर देंदी है। जदों पढ़ रहे सन इन्ना आनंद आ रहा सी, उस सफरे शहादत ते लैके जा रहे सन किथे कश्मीर ते किथे दिल्ली चांदनी चौंक, भाई ये तो उही कह सकते हैं जिन्हां दे अंदर सिखी दा जज्बा होवे। मैं शुभम मंगलम जी का बहुत बहुत धन्यवाद करता हूँ। शुभम जी आप आयो, आप आपकी उपस्थिति हमारे लिए बहुत मूल्य रखती है और आप यहाँ पहुँच के जो गुरु इतिहास को संगत के साथ सांझ की है मैं उसका बहुत बहुत आभार प्रकट करता हूँ। धन्यवाद जी। सो एक वधाई आई है हॉलैंड तो सरदार राम सिंह जी बब्बर जी घरां विच बैठ के समागम देख रहे ने, बड़े खुश हो रहे ने, संगतां नूं वधाइयां दे रहे ने ते नाल ये भी दसना चाहुण देन कि काबुल अफगानिस्तान सिख संगतां वालों जो हॉलैंड दे विच अप्रैल दे महीने गुरद्वारा साहब का उद्घाटन किया जा रहा है, सात संगत ने उन्होंने असीस देनी है उत्थों दी मैनेजमेंट कमेटी नूं, जो गुरद्वारा बहुत सोहना अलीशान गुरद्वारा बनाया है गुरु नानक देव जी के नाम से, सतगुरु उन्होंने अपने दरबार के विचों सफलता बख्शे, कामयाबी बख्शे। अप्रैल के पहले हफ्ते उन्हों की प्लैनिंग है गुरद्वारा साहब का उद्घाटन करना, तो सतगुरु उन्होंने इस कार्य के सफलता बख्शे। मैं बहुत बहुत सारी समुची तौर पर हॉलैंड निवासी संगतों को बधाइया देंदा, जयकारा बुलावगा, बोले सोनेहा। बेनती करांगा भाई संतोख सिंह जी ने कृपा करके 15 मिनट वास्ते अमृत में बाणी शब्द कीर्तन हाजिरी भरन, उन्हों तो बाद भाई रणजीत सिंह जी 5 मिनट वास्ते संगतों को बधाइया देंगे, फिर ढाडी प्रसंग होगा, तो अखीर का जोड़ा जत्था बीबी अमनदीप कौर तो मुस्कान कौर गुरु हरकृष्ण कीर्तनी जत्था वो एक शब्द पढ़ के आनंद साहब का पाठ करेंगे, अरदास होगी। गुरु हराय साहब महाराज का गुरपुरब मना सारिया संगत शुकराने की अरदास करेंगे, सतगुरु अगे अरदास करनी है सचे पातशाह अपने दरबार के सफलता बख्शन। अज के दोपहर की लंगर की सेवा सरदार भगत सिंह खुराना जी की याद में सरदार गुरबचन सिंह तरिंदर सिंह तजिंदर सिंह खुराना परिवार वालों, सरदार माणक सिंह मल्होत्रा मोती सिंह मल्होत्रा परिवार धनवंत वीर जी अते होर गुलजीत वीर जी सारे मल्होत्रा परिवार वालों सेवा हुई है, बहुत सारिया संगत मालपूड़ी की सेवा लंगर मिष्ठान प्रसाद की सेवा वक्ो वक् पकवान की सेवा जो कर रही ने, सतगुरु सारिया इच्छा पूर्ण करन अपने दरबार के कामयाबी बख्शन। आओ सरवण करी अमृत में बाणी शब्द कीर्तन भाई साहब भाई संतोख सिंह जी।